ਸਰ ਅੱਜ ਹਾਈ ਕੋਰਟ ਦੇ ਆਰਡਰਸ ਆਏ ਨੇ, ਕਿਸ ਤਰ੍ਹਾਂ ਵੇਖਦੇ? ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਆਰਡਰਾਂ ਬਾਰੇ ਜਾਣਕਾਰੀ ਸਾਡੇ ਕੋਲ ਵੀ ਆਈ ਹੈ, ਪਰ ਉਹ ਜਿਹੜੀ ਆਰਡਰਾਂ ਦੀ ਕਾਪੀ ਹੈ ਜਿੰਨਾ ਚਿਰ ਪੂਰੀ ਪੜ੍ਹ ਨਹੀਂ ਲੈਂਦੇ ਡਿਟੇਲ ਚ, ਤੇ ਉਦੋਂ ਬਾਅਦ ਮੀਟਿੰਗ ਕਰਕੇ ਡਿਟੇਲ ਦੇ ਵਿੱਚ ਬਾਅਦ ਕੇ ਅਗਲੀ ਜਿਹੜੀ ਰਣਨੀਤੀ ਹੈ ਅੰਦੋਲਨਕਾਰੀ ਆਪਦੀ ਤੈਅ ਕਰਨਗੇ। ਠੀਕ ਹੈ, ਕਿਉਂਕਿ ਹਾਈ ਕੋਰਟ ਦਾ ਸਾਫ਼ ਤੌਰ ਤੇ ਕਿਹਾ ਗਿਆ ਕਿ ਜਿਹੜੇ ਲੋਕਾਂ ਨੂੰ ਦਿੱਕਤ ਆ ਰਹੀ ਹੈ, ਹਰਿਆਣਾ ਪੁਲਿਸ ਨੂੰ ਖਾਸ ਤੌਰ ਤੇ ਕਿਹਾ ਗਿਆ ਕਿ ਜਿੰਨੀ ਵੀ ਬੈਰੀਕੇਟਿੰਗ ਵਗੈਰਾ ਕੀਤੀ ਹੈ ਉਸ ਨੂੰ ਇੱਕ ਹਫ਼ਤੇ ਦੇ ਅੰਦਰ ਦੇ ਅੰਦਰ ਜਿਹੜਾ ਹੈ ਉਹ ਹਟਾਇਆ ਜਾਵੇ। ਦੇਖੋ, ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਹਾਈ ਕੋਰਟ ਨੂੰ ਗੰਭੀਰਤਾ ਦੇ ਨਾਲ ਫੈਸਲਾ ਸੁਣਾਉਣਾ ਚਾਹੀਦਾ ਸੀ। ਸਾਰੀ ਇਸ ਘਟਨਾਕ੍ਰਮ ਬਾਰੇ ਪੂਰੀ ਦੁਨੀਆ ਨੂੰ ਪਤਾ ਹੈਗਾ ਵੀ ਸਾਡੇ ਕਿਵੇਂ ਅਥਰੂ ਗੈਸ ਦੇ ਗੋਲੇ, ਜ਼ਹਿਰੀਲੀ ਗੈਸ ਛੱਡੀ ਗਈ, ਸਾਡੇ ਕਿਸਾਨ ਮਰੇ ਗੋਲੀਆਂ ਨਾਲ, ਲੰਬਾ ਸਮਾਂ ਸਾਨੂੰ ਇਹ ਰਸਤੇ 'ਚ ਬੈਠਣ ਲਈ ਮਜਬੂਰ ਕੀਤਾ ਹੈਗਾ। ਉਹਨਾਂ ਨੇ ਕੰਧਾਂ ਕੱਢੀਆਂ ਨੇ, ਕਿੱਲ ਲਾਏ ਨੇ, ਇਹਨਾਂ ਨੂੰ ਸਖ਼ਤ ਸਜ਼ਾ ਦੇਣੀ ਚਾਹੀਦੀ ਸੀ। ਹਰਿਆਣਾ ਸਰਕਾਰ ਨੂੰ ਰਸਤਾ ਖੁਲਵਾਉਣਾ ਚਾਹੀਦਾ ਸੀ, ਇੰਨਾ ਸਮਾਂ ਕਿਉਂ ਲੱਗਿਆ, ਪਹਿਲਾਂ ਹੀ ਖੁਲਵਾਉਣਾ ਚਾਹੀਦਾ, ਕਿਉਂਕਿ ਹੁਣ ਤਾਂ ਸਾਫ਼ ਤੌਰ ਤੇ ਕਿਹਾ ਗਿਆ ਕਿ ਜੇਕਰ ਉਹਨਾਂ ਦੀ ਮੰਗਾਂ ਹੈ ਤਾਂ ਸੈਂਟਰ 'ਚ ਜਾਣਾ ਚਾਹੁੰਦੇ ਆ ਤਾਂ ਤੁਸੀਂ ਉੱਥੇ ਉਹਨਾਂ ਨੂੰ ਕਿਉਂ ਰੋਕ ਰਿਹਾ ਜਾ ਰਿਹਾ? ਤਾਂ ਕਹਿ ਸਕਦੇ ਕਿਤੇ ਨਾ ਕਿਤੇ ਕਿਸਾਨਾਂ ਨੂੰ ਜਿਹੜੀ ਹੈਗੀ ਇਹਦੇ ਵਿੱਚ ਰਾਹਤ ਜ਼ਰੂਰ ਹੈ। ਦੇਖੋ, ਰਾਹਤ ਤਾਂ ਅਸੀਂ ਉਹ ਪੂਰੇ ਜਿਹੜਾ ਹੈਗਾ ਨਾ ਫੈਸਲਾ ਉਹਦੀ ਕਾਪੀ ਪੜ੍ਹ ਲਈਏ, ਕਾਪੀ ਪੜ੍ਹਨ ਤੋਂ ਬਾਅਦ ਜਿਹੜੇ ਠੀਕ ਪੱਖ ਹੋਣਗੇ ਉਹਨਾਂ ਨੂੰ ਠੀਕ ਕਵਾਂਗੇ, ਜਿਹੜੇ ਕਿਸਾਨਾਂ ਦੇ ਮਜ਼ਦੂਰਾਂ ਦੇ ਲੋਕਾਂ ਦੇ ਵਿਰੋਧੀ ਪੱਖ ਹੋਣਗੇ ਉਹਨਾਂ ਨੂੰ ਅਸੀਂ ਰੱਦ ਕਰਾਂਗੇ। ਪੰਜਾਬ ਪੁਲਿਸ ਨੂੰ ਵੀ ਕਿਹਾ ਗਿਆ ਹੈ ਕਿ ਲਾਅ ਐਂਡ ਆਰਡਰ ਨੂੰ ਜਿਹੜਾ ਹੈ ਉਹ ਮੇਨਟੇਨ ਕੀਤਾ ਜਾਵੇ ਔਰ ਉਹਦਾ ਵੀ ਜਿਹੜਾ ਹੈਗਾ, ਕਿਉਂਕਿ ਪਿਛਲੇ ਦਿਨਾਂ ਜਿਸ ਤਰ੍ਹਾਂ ਦੀ ਵੀ ਚੀਜ਼ਾਂ ਹੋਈ ਹੈ, ਉਹ ਸਰਕਾਰ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੀ ਬਜਾਏ ਜੋ ਅਸੀਂ ਦੇਖਿਆ ਇਹਨਾਂ ਨੇ ਤਾਂ ਅਤਿਆਚਾਰ ਸਰਕਾਰਾਂ ਨੇ ਕੀਤਾ ਹੈਗਾ। ਇਹੋ ਜਿਹੇ ਜ਼ਹਿਰੀਲੇ ਗੈਸ ਦੇ ਗੋਲੇ ਛੱਡੇ ਜਿਨ੍ਹਾਂ ਨਾਲ ਕਿਸਾਨਾਂ ਦੀਆਂ ਦਮ ਘੁੱਟਣ ਨਾਲ ਮੌਤਾਂ ਹੋਈਆਂ, ਇਹ ਲਾਅ ਐਂਡ ਆਰਡਰ ਦਾ ਤਾਂ ਕੋਈ ਮਸਲਾ ਹੀ ਨਹੀਂ ਸੀ। ਰਸਤੇ 'ਚ ਜਾਂਦੇ ਨੂੰ ਕਿਸੇ ਨੂੰ ਰੋਕਣਾ, ਉਹਨਾਂ 'ਤੇ ਗੋਲੀਆਂ ਚਲਾਉਣੀਆਂ, ਅਥਰੂ ਗੈਸ ਦੇ ਗੋਲੇ ਵਹਾਉਣੇ, ਕਿੱਲ ਕੱਢਣੇ, ਇਹ ਕਿੱਥੋਂ ਦਾ ਨਿਆਂ ਹੈ? ਇਨਸਾਫ਼ ਤਾਂ ਅਸੀਂ ਮੰਗ ਹੀ ਰਹੇ ਹਾਂ, ਇਨਸਾਫ਼ ਨਾਲ ਜੁੜੀਆਂ ਸਾਡੀਆਂ ਮੰਗਾਂ ਨੇ। ਜਦੋਂ ਦਿੱਲੀ ਅਸੀਂ ਲੰਮਾ ਸਮਾਂ ਅੰਦੋਲਨ ਕੀਤਾ, ਅਸੀਂ ਸ਼ਾਂਤਮਈ ਹੁਣ ਵੀ ਮੰਗਾਂ ਮੰਨੀਆਂ ਹੋਈਆਂ, ਅਸੀਂ ਜਾ ਰਹੇ ਸੀ ਨਾ 13 ਫਰਵਰੀ ਨੂੰ, ਤੇ ਜੇ ਰਸਤਾ ਰੋਕਿਆ ਹੈ ਤੇ ਅਸੀਂ ਉਦੋਂ ਤੋਂ ਅਸੀਂ ਪੰਜਾਬ ਸਰਕਾਰ ਨੂੰ ਜਾਂ ਸੈਂਟਰ ਸਰਕਾਰ ਨੂੰ, ਹਰਿਆਣਾ ਸਰਕਾਰ ਨੂੰ ਅਸੀਂ ਕਹਿ ਰਹੇ ਸੀ ਵੀ ਤੁਸੀਂ ਕਾਨੂੰਨ ਨੂੰ ਹੱਥ 'ਚ ਨਾ ਲਵੋ, ਅਸੀਂ ਦਿੱਲੀ ਜਾਣਾ ਹੈ, ਦਿੱਲੀ ਹੁਕਮਰਾਨਾਂ ਨਾਲ ਅਸੀਂ ਗੱਲ ਕਰਨੀ ਹੈ, ਤੇ ਜਿਹੜੇ ਲਿਖਤੀ ਸਮਝੌਤੇ ਨੇ ਉਹਨਾਂ ਬਾਰੇ ਅਸੀਂ ਪੁੱਛਣਾ ਹੈ ਵੀ ਪਾਰਲੀਮੈਂਟ ਚੋਣਾਂ ਆ ਰਹੀਆਂ ਨੇ, ਵੀ ਤੁਸੀਂ ਹੁਣ ਜਿਹੜੇ ਲਿਖਤੀ ਸਮਝੌਤੇ ਨੇ ਉਹਨਾਂ ਦਾ ਕੀ ਕਰੇਗੇ? ਸੋ ਇਹ ਹਰਿਆਣਾ ਸਰਕਾਰ ਜਾਂ ਸੈਂਟਰ ਦੇ ਹੁਕਮ 'ਤੇ ਜਿਹੜਾ ਆਹ ਕੁਛ ਹੋਇਆ ਹੈ, ਇਸ ਤਰ੍ਹਾਂ ਦਾ ਸਾਡਾ ਅੱਜ ਪੱਖ ਦੁਨੀਆਂ ਵਿੱਚ ਗਿਆ ਹੈ ਵੀ ਕਿਸਾਨਾਂ ਨੇ ਕੋਈ ਰਸਤੇ ਨਹੀਂ ਸੀ ਰੋਕੇ, ਕਿਸਾਨ ਤਾਂ ਦਿੱਲੀ ਜਾਣ ਵਾਸਤੇ ਘਰੋਂ ਚੱਲੇ ਸੀ, ਤੇ ਉਹ ਹੀ ਸਾਡਾ ਇਰਾਦਾ ਹੈ, ਰਸਤੇ ਖੋਲਣਗੇ, ਬਿਲਕੁਲ ਕੋਰਟ ਦੇ ਹੁਕਮ ਨਾਲ ਖੁੱਲਣਗੇ, ਤੇ ਅਸੀਂ ਐਮਰਜੈਂਸੀ ਮੀਟਿੰਗ ਬੁਲਾ ਕੇ ਅਸੀਂ ਇਹ ਘਰ ਨਹੀਂ ਜਾਣਾ, ਅਸੀਂ ਜਿੰਨਾ ਚਿਰ ਜੋ ਲੈ ਕੇ ਮੁੱਦੇ ਲੈ ਕੇ ਆਏ ਹਾਂ, ਜਿੰਨਾ ਚਿਰ ਅਸੀਂ ਉਹ ਹੱਲ ਨਹੀਂ ਕਰਾਉਣੇ, ਅਸੀਂ ਘਰ ਜਾਣ ਵਾਸਤੇ ਨਹੀਂ ਇੱਥੇ ਬਾਏ ਲੋਕ। ਅਸੀਂ ਜਿਹੜਾ ਮੁੱਦਾ ਹੈ ਉਹਨੂੰ ਸਾਡੇ ਲੀਡਰ ਬੜੇ ਪਨੀਰ ਸਾਹਿਬ, ਡੱਲੇਵਾਲ ਸਾਹਿਬ, ਅਸੀਂ ਅਮਰਜਾਤ ਲੌਂਗੋਵਾਲ ਸਾਹਿਬ ਨੇ ਗੱਲ ਕਰ ਲਈ, ਹਜੇ ਵੀ ਮੀਟਿੰਗ ਚੱਲ ਰਹੀ, ਖਨੌਰੀ ਡੱਲੇਵਾਲ ਸਾਹਿਬ ਬੈਠੇ, ਉਹਨਾਂ ਨਾਲ ਵੀ ਗੱਲਬਾਤ ਹੋਈ, ਉਹਨਾਂ ਨਾਲ ਵੀ ਨਹੀਂ, ਅਸੀਂ ਹੁਣ ਐਮਰਜੈਂਸੀ, ਸਾਨੂੰ ਤਾਂ ਸਟੇਜ ਤੇ ਪਤਾ ਲੱਗਾ ਆਪਣੇ, ਅਸੀਂ ਸਾਰੇ ਲੀਡਰ ਸਾਹਿਬ ਅਸੀਂ ਸਟੇਜ ਤੇ ਸੀ, ਸਾਨੂੰ ਪਤਾ ਲੱਗਿਆ, ਤੁਹਾਡੇ ਰਾਹੀਂ ਪਤਾ ਲੱਗਿਆ, ਜਾਂ ਥੋੜਾ ਜਿਹਾ ਸਾਨੂੰ ਪਹਿਲਾਂ ਭਿਣਕ ਪੈ ਗਿਆ ਸੀ, ਚੰਗਾ ਅਸੀਂ ਮੀਡੀਆ ਨੇ ਸਾਡੀ ਗੱਲ ਆਣ ਕੇ ਸੁਣੀ ਹੈ, ਸਾਰਾ ਪੱਖ ਵੇਖਿਆ, ਤੇ ਮੀਡੀਆ ਨੇ ਕੋਈ ਨਵਾਂ ਦੌਰਾ ਨਹੀਂ ਕੀਤਾ, ਸਾਰਾ ਤੁਸੀਂ ਉਦੋਂ ਤੋਂ ਲੈ ਕੇ ਸਾਡੀ ਕਵਰਨ ਕਰਦੇ ਰਹੇ ਹੋ, ਅਸੀਂ ਤਾਂ ਸ਼ਾਂਤਮਈ ਅੰਦੋਲਨ, ਸਾਡਾ ਇਤਿਹਾਸ ਹੈ ਸ਼ਾਂਤਮਈ ਅੰਦੋਲਨ, ਅਸੀਂ ਇੱਥੇ ਵੀ 5 ਮਹੀਨੇ ਕੀਤਾ ਹੈ, ਭਾਵੇਂ ਸਾਡੀਆਂ ਅੱਖਾਂ 'ਚ ਗੋਲੀਆਂ ਵੱਜੀਆਂ, ਸ਼ੁਭਕਰਨ ਸ਼ਹੀਦ ਹੋਇਆ, ਜਾਂ 400 ਤੋਂ ਵੱਧ ਲੱਤਾਂ ਬਾਹਾਂ ਟੁੱਟੀਆਂ, ਪਰ ਅਸੀਂ ਭਾਵਕ ਹੋ ਕੇ ਨਹੀਂ, ਅਸੀਂ ਸ਼ਾਂਤਮਈ ਰਹਿ ਕੇ ਸਾਡੇ ਬੱਚਿਆਂ ਨੇ, ਨੌਜਵਾਨਾਂ ਨੇ, ਪੀੜ੍ਹੀ ਨੇ ਸਹਿਯੋਗ ਦਿੱਤਾ, ਅਸੀਂ ਉਹਨਾਂ ਬੱਚਿਆਂ ਦਾ ਵੀ ਸਵਾਗਤ ਕਰਦੇ ਹਾਂ, ਔਰ ਜਿਨ੍ਹਾਂ ਨੇ ਲੰਗਰ ਲਾ ਕੇ ਇੰਨਾ ਚਿਰ ਸਾਡੀ ਸੇਵਾ ਕੀਤੀ ਉਹਨਾਂ ਦਾ ਵੀ, ਜੇ ਅੱਜ ਕਈ ਚੀਜ਼ਾਂ ਨੇ ਇਹਦੇ ਵਿੱਚ ਜਿੱਦਾਂ ਤੁਸੀਂ ਕਿਹਾ, ਕਿਉਂਕਿ ਕਈ ਚੀਜ਼ਾਂ ਇਹਦੇ ਵਿੱਚ 5-6 ਮਹੀਨਾ ਤੋਂ ਲਗਾਤਾਰ ਜਿਹੜਾ ਹੈਗਾ ਪ੍ਰਦਰਸ਼ਨ ਕੀਤਾ ਜਾ ਰਿਹਾ, ਕਈ ਜਿਹੜੇ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਨਾਲ ਲਗਾਤਾਰ ਟਕਰਾਵ ਵੀ ਹੋਇਆ, ਲੇਕਿਨ ਅੱਜ ਜਿਹੜਾ ਆਰਡਰ ਆਇਆ ਕਿਤੇ ਨਾ ਕਿਤੇ ਅਹਿਮ ਹੈ। ਬਿਲਕੁਲ, ਆਰਡਰ ਜਿਹੜਾ ਆ ਫਿਲਹਾਲ ਸਾਨੂੰ ਇਹਦਾ ਕੁਛ ਮਿੰਟ ਹੀ ਪਹਿਲਾਂ ਪਤਾ ਲੱਗਾ ਆ, ਅਸੀਂ ਇਸ ਚਰਚਾ ਦੇ ਵਿੱਚ ਅੱਜ ਐਮਰਜੈਂਸੀ ਮੀਟਿੰਗ ਜਿਵੇਂ ਆਗੂ ਸਾਹਿਬਾਨ ਨੇ ਕਿਹਾ ਬੁਲਾ ਕੇ ਉਹਦੇ 'ਤੇ ਕਰਾਂਗੇ,
ਦੂਸਰਾ ਸਾਡਾ ਇਹ ਹੈ ਕਿ ਦੇਸ਼ ਦੀ ਵੱਡੀ ਨਿਆਂ ਸੰਸਥਾ ਦੇ ਵੱਲੋਂ ਇਹ ਜਿਹੜਾ ਅੱਜ ਆਰਡਰ ਦਿੱਤਾ ਗਿਆ ਹੈ, ਅਸੀਂ ਇਹਨੂੰ ਬਹੁਤ ਲੇਟ ਲਤੀਫ ਮੰਨਦੇ ਹਾਂ ਕਿ ਜਦੋਂ ਲਗਭਗ ਸਾਡੇ 25 ਕਿਸਾਨ ਜਿਹੜੇ ਉਹਨਾਂ ਦੀਆਂ ਅਰਥੀਆਂ ਸੀ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚੋਂ ਇੱਥੋਂ ਤੋਰੀਆਂ ਨੇ, ਉਸ ਤੋਂ ਇਲਾਵਾ 400 ਦੇ ਲਾਗੇ ਸਾਡੇ ਉਹ ਲੋਕ ਨੇ, 433 ਲੋਕ ਨੇ ਜਿਹੜੇ ਫਿਜ਼ੀਕਲੀ ਹੈਂਡੀਕੈਪ ਹੋ ਗਏ ਨੇ, ਜਿਹੜੇ ਲਾਈਫ ਟਾਈਮ ਲਈ ਬੈੱਡ ਰਿਡਨ ਹੋ ਗਏ ਨੇ, ਪਤਾ ਨਹੀਂ ਉਹਨਾਂ ਦਾ ਚੱਲੇਗਾ ਜ਼ਿੰਦਗੀ 'ਚ ਕਿ ਉਹ ਨਹੀਂ ਚੱਲ ਸਕਦੇ, ਵੱਡਾ ਜਿਹੜਾ ਨੁਕਸਾਨ ਇਹ ਹੋਇਆ। ਉਸ ਤੋਂ ਵੱਡਾ ਗਿਲਾ ਜਿਹੜਾ ਆ ਸਾਡੀ ਇਸ ਨਿਆਂ ਸੰਸਥਾ ਦੇ ਨਾਲ ਵੀ ਇਹ ਬਣਦਾ ਕਿ ਜਦੋਂ ਪਹਿਲੇ ਦਿਨ ਹੀ 13 ਫਰਵਰੀ ਨੂੰ ਜਿਹੜਾ ਇੱਥੇ ਅਟੈਕ ਹੋਇਆ ਉਹ ਪੰਜਾਬ ਦੀ ਜਿਹੜੀ ਕੌਨਸਟੀਟਿਊਸ਼ਨਲ ਏਰੀਆ ਸੀ ਜਿੱਥੇ ਬਣਦਾ ਹੀ ਨਹੀਂ ਸੀ, ਕੋਰਟ ਨੂੰ ਇਸ ਗੱਲ ਬਾਰੇ ਭਲੀ ਭਾਂਤ ਜਾਣਕਾਰੀ ਸੀ ਕਿ ਪੰਜਾਬ ਦੀ ਦੂਸਰੀ ਸਟੇਟ ਦੇ ਕੌਨਸਟੀਟਿਊਸ਼ਨਲ ਏਰੀਏ ਦੇ ਵਿੱਚ ਜਾ ਕੇ ਦੇਸ਼ ਦੇ ਉਹ ਕਿਸਾਨ ਜਿਹੜੇ ਇਸ ਦੇਸ਼ ਦੀ ਰੀੜ ਦੀ ਹੱਡੀ ਨੇ ਉਹਨਾਂ ਤੇ ਅਟੈਕ ਨਹੀਂ ਕੀਤਾ ਜਾ ਸਕਦਾ, ਤੇ ਅਸੀਂ ਸੋਚਦੇ ਹਾਂ ਕਿ ਸਰਕਾਰਾਂ ਨੇ ਸਭ ਕੁਝ ਕਾਨੂੰਨ ਨੂੰ ਛਿੱਕੇ ਤੇ ਟੰਗ ਕੇ ਲੋਕਤੰਤਰ ਦਾ ਘਾਣ ਕਰਦਿਆਂ 13 ਫਰਵਰੀ ਨੂੰ ਜੋ ਕੀਤਾ ਉਹਦੇ ਬਾਬਤ ਅੱਜ ਜਿਹੜਾ ਫੈਸਲਾ ਇੱਕ ਤੇ ਲੇਟ ਲਤੀਫਾ ਜੇ ਕਰਾਉਂਦਾ ਤੇ ਇਹਦੇ ਤੇ ਅਸੀਂ ਆਪਣੀ ਡਿਸਕਸ਼ਨ ਅੱਗੇ ਬਹੁਤ ਬਹੁਤ ਅਹਿਮ ਬਹੁਤ ਅਹਿਮ ਹੈ ਬਹੁਤ ਅਹਿਮ ਹੋਰ ਵਾਅਦਾ ਕਰ ਦਿੰਦੇ ਆ। ਜਦੋਂ ਦਿੱਲੀ ਬੈਠੇ ਸੀ ਇਸੇ ਤਰ੍ਹਾਂ ਦੇ ਮਾਹੌਲ ਉੱਥੇ ਸਾਲ ਕੀਤਾ ਗਿਆ, ਔਰ ਜਦੋਂ ਸੁਪਰੀਮ ਕੋਰਟ ਸਾਰਾ ਮੁੱਦਾ ਪੁੱਜਿਆ ਜਿਵੇਂ ਹੁਣ ਹਾਈ ਕੋਰਟ ਪੁੱਜਿਆ, ਮਾਨ ਜਦ ਸੁਪਰੀਮ ਕੋਰਟ ਨੇ ਬਹੁਤ ਵੱਡਾ ਆਰਡਰ ਦਿੱਤਾ ਵੀ ਕਿਸਾਨਾਂ ਨੇ ਰਸਤੇ ਨਹੀਂ ਰੋਕੇ, ਰਸਤੇ ਤੁਸੀਂ ਰੋਕਣੇ, ਰਸਤੇ ਰੋਕੋ, ਇਹ ਤਾਂ ਪਾਰਲੀਮੈਂਟ ਸਾਹਮਣੇ ਆਉਣਾ ਚਾਹੁੰਦੇ ਨੇ, ਆਪਣੀ ਦੁੱਖ ਦੀ ਗੱਲ ਕਰਨਾ ਚਾਹੁੰਦੇ।